ਮਹਾਤਮਾ ਨੇ ਸੰਸਾਰ ਇਸ ਵਾਸਤੇ ਰਚਿਆ ਸੀ ਕਿ ਇਹ ਸੰਸਾਰ ਜਿਹੜਾ ਹੈ ਇੱਕ ਖੇਲ ਹੈ ਮੈਂ ਖੇਲਣਾ ਔਰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸੰਸਾਰ ਦੇ ਲੋਕ ਹੈ ਉਹ ਜਿੰਨੇ ਵੀ ਜੀਵ ਮੈਂ ਪੈਦਾ ਕੀਤੇ ਆ ਉਹਨਾਂ ਜੀਵਾਂ ਦੀ ਸੇਵਾ ਕਰਕੇ ਉਹਨਾਂ ਜੀਵਾਂ ਦੇ ਵਿੱਚ ਮੈਨੂੰ ਦੇਖ ਕੇ ਦਇਆ ਕਰਕੇ ਧਰਮ ਕਰਕੇ ਭਾਵਨਾ ਕਰਕੇ ਪਿਆਰ ਕਰਕੇ ਜਦੋਂ ਸੇਵਾ ਕਰਨਗੇ ਤੇ ਉਦੋਂ ਉਹਨਾਂ ਜੀਵਾਂ ਦੇ ਵਿੱਚੋਂ ਹੀ ਮੈਂ ਪਰਮਪਿਤਾ ਪਰਮਾਤਮਾ ਦਰਸ਼ਦਾਰੇ ਬਖਸ਼ ਦੇਵਾਂਗਾ ਗੁਰਮੁਖ ਪਿਆਰੇ ਨੂੰ ਗੁਰੂ ਸਾਹਿਬ ਕਹਿੰਦੇ ਆ ਨਾ ਵਿੱਚ ਸੰਗਤ ਵਸੈ ਹਰ ਪ੍ਰਭ ਜੀਓ ਤੇ ਸੰਗਤ ਦੇ ਵਿੱਚ ਵੀ ਅੱਜ ਕੱਲ੍ਹ ਹਾਲਾਤ ਕੁਝ ਐਸੇ ਐ ਕਿ ਜੇ ਕੋਈ ਸੇਵਾ ਕਰ ਰਿਹਾ ਹੈ ਨਾ ਤੇ ਉਹ ਸੇਵਾ ਸੇਵਾ ਨਹੀਂ ਹੈ ਉਹ ਸੇਵਾ ਸੇਵਾ ਨਹੀਂ ਹੈ ਉਹ ਸੇਵਾ ਮੈਂ ਦਾ ਰੂਪ ਧਾਰਨ ਕਰ ਚੁੱਕੀ ਆ ਹਉਮੇ ਦਾ ਰੂਪ ਚਾਰਨ ਕਰ ਚੁੱਕੀ ਆ ਆਪਣੀ ਵਿੜਾਈ ਦਾ ਰੂਪ ਧਾਰਨ ਕਰ ਚੁੱਕੀ ਆ ਲੋਕ ਦਿਖਾਵੇ ਦੇ ਵਾਸਤੇ ਬੜੇ ਵੱਡੇ ਵੱਡੇ ਲੰਗਰ ਲਾਉਂਦੇ ਆ ਲੋਕ ਦਿਖਾਵੇ ਦੇ ਵਾਸਤੇ ਬੜੇ ਵੱਡੇ ਵੱਡੇ ਪਦਾਰਥਾਂ ਦੀ ਸੇਵਾ ਕਰਦੇ ਆ ਜਲ ਦੀਆਂ ਸ਼ਬੀਲਾ ਲਗਾਉਂਦੇ ਆ ਲੰਗਰ ਲਗਾਉਂਦੇ ਆ ਹੋਰ ਵਸਤਾਂ ਦੇ ਲੰਗਰ ਲਗਾਉਂਦੇ ਆ ਪਰ ਗੱਲ ਸਾਰੀ ਦੀ ਸਾਰੀ ਉੱਥੇ ਹੀ ਹੈ ਕਿ ਪਰਮਾਤਮਾ ਨੂੰ ਜੀਵਾਂ ਦੇ ਵਿੱਚ ਜਾਣ ਕੇ ਕੋਈ ਸੇਵਾ ਨਹੀਂ ਕਰ ਰਿਹਾ ਸਿਰਫ ਤੇ ਸਿਰਫ ਲੋਕ ਜਿਹੜੇ ਕਰ ਰਹੇ ਐ ਉਹ ਆਪਣੇ ਸਿਰਫ ਆਪਣੇ ਦਿਖਾਵੇ ਵਾਸਤੇ ਆਪਣੀ ਮਹਿ ਵਾਸਤੇ ਆਪਣੀ ਹਉਮੇ ਵਾਸਤੇ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਐ ਖੇਲ ਖੇਲ ਰਹੇ ਐ ਇਸ ਦੇ ਨਾਲ ਕਿਸੇ ਨੂੰ ਵੀ ਪਰਮਪ੍ਰਿਤ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨੇ ਵੀ ਲੋਕ ਲੰਗਰ ਲਾਈ ਜਾਂਦੇ ਜਿੰਨੇ ਵੀ ਕੋਈ ਸੇਵਾ ਕਰ ਰਿਹਾ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਹਿਰਦੇ ਦੇ ਵਿੱਚ ਕਿਸੇ ਦੇ ਵਿੱਚ ਵੀ ਨਾਮ ਦਾ ਵਾਸਾ ਨਹੀਂ ਹੁੰਦਾ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ ਗੁਰੂ ਤੋਂ ਕਈਆਂ ਨੇ ਤਾਂ ਗੁਰੂ ਤੋਂ ਨਾਮ ਅਮਰਤ ਦੀ ਪ੍ਰਾਪਤੀ ਵੀ ਨਹੀਂ ਕੀਤੀ ਅਧਿਕਤਰ ਲੋਕ ਇਸ ਤਰ੍ਹਾਂ ਹੀ ਫਿਰਦੇ ਆ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਹੀ ਨਹੀਂ ਜਾਣਿਆ ਗੁਰੂ ਹੀ ਨਹੀਂ ਮੰਨੇ ਆ ਗੁਰੂ ਦੀ ਨਾਮ ਸ਼ਰਨ ਹੋ ਕੇ ਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਗੁਰੂ ਦੇ ਘਰ ਦੇ ਵਿੱਚ ਜਨਮ ਲੈ ਕੇ ਗੁਰੂ ਦਾ ਨਾਮ ਸਿਮਰਨ ਨਹੀਂ ਕੀਤਾ ਕਦੇ ਤੇ ਸੇਵਾ ਤਾਂ ਬਹੁਤ ਦੂਰ ਦੀ ਗੱਲ ਹੈ ਦਿਖਾਵੇ ਦੀ ਗੱਲ ਹੈ ਦਿਖਾਵਾ ਕਰ ਰਿਹਾ ਸੇਵਾ ਨਹੀਂ ਕਰ ਰਿਹਾ ਕੋਈ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਸਾਰਾ ਸੰਸਾਰ ਹੀ ਉਲਟਾ ਹੋਇਆ ਪਿਆ ਗੁਰੂ ਸਾਹਿਬ ਨੇ ਕਿਹਾ ਸੀ ਸੱਚੇ ਪਾਤਸ਼ਾਹ ਨੇ ਗੁਰੂ ਕਿਰਪਾ ਕੀਤੀ ਗੁਰੂ ਨੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਭਾਈ ਗੁਰਮੁਖੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਠੀਕ ਹੈ ਵੰਡ ਛਕ ਰਹੇ ਆ ਲੋਕ ਨਾਮ ਵੀ ਜਪ ਰਹੇ ਆ ਔਰ ਕਿਰਤ ਵੀ ਕਰ ਰਹੇ ਆ ਨਾਮ ਜਪ ਰਹੇ ਆ ਤੇ ਆਪਣੀ ਮਰਜ਼ੀ ਦੇ ਮੁਤਾਬਕ ਗੁਰੂ ਦੀ ਮਰਜ਼ੀ ਦੇ ਮੁਤਾਬਕ ਨਹੀਂ ਉਹ ਗੁਰੂ ਨੂੰ ਕਹਿੰਦੇ ਆ ਜੋ ਅਸੀਂ ਜੋ ਅਸੀਂ ਕਰ ਰਹੇ ਆ ਤੂੰ ਉਹ ਮੰਨ ਅਸੀਂ ਤੈਨੂੰ ਰਮਾਲੇ ਪੇਟਾ ਕਰ ਦਿੱਤੇ ਆ ਤੂੰ ਸਾਡਾ ਫਲਾਣਾ ਕਾਰਜ ਕਰ ਦੇ ਤੇ ਇਸ ਤਰ੍ਹਾਂ ਦੇ ਨਾਲ ਕਿਰਤ ਕਰਤ ਵੀ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਭਾਈ ਦੁਖੀਆਂ ਦੀ ਸੇਵਾ ਕਰੋ ਗਰੀਬਾਂ ਦੀ ਸੇਵਾ ਕਰੋ ਲੋੜਵੰਦਾਂ ਦਾ ਕਾਰਜ ਸਵਾਰੋ ਪਰ ਹੋ ਕੀ ਰਿਹਾ ਲੋਕ ਲੋਕਾਂ ਨੂੰ ਧੋਖੇ ਨਾਲ ਬੇਈਮਾਨੇ ਨਾਲ ਲੁੱਟਾਂ ਖੋਹਾਂ ਕਰਕੇ ਅੱਜ ਕੱਲ ਇੱਕ ਬੜੀ ਚੱਲੀ ਐ ਇੰਟਰਨੈਟ ਦੇ ਉੱਤੇ ਜਿਹੜੀ ਆ ਲੋਕ ਖਾਤੇ ਜਿਹੜੇ ਅਕਾਊਂਟ ਜਿਹੜੇ ਆ ਉਹ ਹੈਕ ਕਰ ਲੈਂਦੇ ਆ ਉਹਨਾਂ ਦੇ ਵਿੱਚੋਂ ਜਿੰਨੇ ਪੈਸੇ ਬੇਈਮਾਨੀ ਨਾਲ ਲੋਕਾਂ ਦੇ ਲੱਖਾਂ ਰੁਪਏ ਕਢਵਾ ਲੈਂਦੇ ਆ ਕੀ ਇਹ ਸੇਵਾ ਹੈ ਇਸ ਨੂੰ ਸੇਵਾ ਕਹਿੰਦੇ ਇਸ ਨੂੰ ਕਿਰਤ ਕਹਿੰਦੇ ਇਹ ਕਿਰਤ ਹੈ ਕਿਸੇ ਨੇ ਕਰੋੜਾਂ ਰੁਪਏ ਕਮਾ ਲਏ ਧੋਖੇ ਕਰਕੇ ਠੱਗੀ ਕਰਕੇ ਕੀ ਪ੍ਰਮਾਤਮਾ ਇਸ ਨੂੰ ਕਿਰਤ ਕਹਿੰਦਾ ਹੈ ਨਹੀਂ ਇਹ ਉਸ ਦੇ ਸਿਰ ਦੋਸ਼ ਹੈ ਨਰਕ ਭੋਗੇਗਾ ਉਹ ਅੱਜ ਨਹੀਂ ਤੇ ਕੱਲ ਭੋਗੇਗਾ ਭੋਗਣਾ ਪਵੇਗਾ ਜ਼ਰੂਰ ਭੋਗਣਾ ਪਵੇਗਾ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੋਇਆ ਭਾਈ ਗੁਰਮੁਖ ਪਿਆਰੇਓ ਜੇ ਹੋ ਸਕੇ ਨਾ ਤੇ ਸੰਗਤ ਦੀ ਸੇਵਾ ਕਰੋ ਗੁਰੂ ਦਾ ਨਾਮ ਲੈ ਕੇ ਨਾਮ ਸਿਮਰਨ ਕਰੋ ਆਪਣੇ ਹਉਮੈ ਦੇ ਵਿੱਚੋਂ ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਖਤਮ ਕਰੋ ਹੰਕਾਰ ਨੂੰ ਖਤਮ ਕਰੋ ਕੂੜ ਨੂੰ ਖਤਮ ਕਰੋ ਲੋਭ ਨੂੰ ਖਰਚ ਕਰੋ ਖਤਮ ਕਰੋ ਲਾਲਚ ਨੂੰ ਖਤਮ ਕਰੋ ਤੇ ਕਰੋ ਤੇ ਕਰੋ ਲੋਕਾਂ ਨਾਲ ਪਿਆਰ ਕਰੋ ਲੋਕਾਂ ਦੇ ਨਾਲ ਸੱਚ ਬੋਲੋ ਝੂਠ ਨਾ ਬੋਲੋ ਪਰ ਨਹੀਂ ਇਹ ਸੰਸਾਰ ਕਿਰਤ ਵੀ ਇਸ ਤਰ੍ਹਾਂ ਦੀ ਕਰਦਾ ਕੂੜ ਬੋਲ ਕੇ ਕੂੜ-ਬੂੜ ਕੇ ਏਡੇ ਇਹ ਛੋਟੇ-ਮੋਟੇ ਨਹੀਂ ਕੂੜ ਵੱਡੇ-ਵੱਡੇ ਕੂੜ ਵੱਡੇ-ਵੱਡੇ ਕੂੜ ਕਰੋਨਾ ਰੁਪਈਆ ਦਾ ਮਤਲਬ ਲੋਕ ਹੈਰਾ-ਫੇਰੀਆਂ ਕਰਕੇ ਲੋਕਾਂ ਦਾ ਘਰ ਬਰਬਾਦ ਕਰ ਦਿੰਦੇ ਐ ਐਸੀ ਐਸੀ ਕਿਰਤ ਕੀ ਪ੍ਰਮਾਤਮਾ ਉਹਨਾਂ ਤੇ ਖੁਸ਼ ਹੋ ਜਾਏਗਾ ਪ੍ਰਮਾਤਮਾ ਖੁਸ਼ ਹੋ ਜਾਏਗਾ ਕਿ ਨਹੀਂ ਫਿਰ ਗੁਰੂ ਸਾਹਿਬ ਕਹਿੰਦੇ ਬਈ ਵੰਡ ਛਕੋ ਵੰਡ ਛਕਣ ਦਾ ਤਰੀਕਾ ਗੁਰੂ ਸਾਹਿਬ ਨੇ ਤਾਂ 20 ਰੁਪਈਆ ਦਾ ਲੰਗਰ ਲਾਇਆ ਸੀ ਚੂੜਕਾਣੇ ਦੇ ਵਿੱਚ ਤੇ ਉਸ 20 ਰੁਪਏ ਦੇ ਲੰਗਰ ਦੇ ਨਾਲ ਉਹ ਭੁੱਖੇ ਸੰਤਾਂ ਨੂੰ ਸਾਧੂਆਂ ਨੂੰ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਸੀ ਉਹਨਾਂ ਨੂੰ ਕਈ ਦਿਨ ਦਾ ਰਾਸ਼ਨ ਲੈ ਕੇ ਭੋਜਨ ਛਕਾਇਆ ਔਰ ਬਾਕੀ ਰਾਸ਼ਨ ਉਹਨਾਂ ਨੂੰ ਦਿਨ ਲੈ ਕੇ ਦਿੱਤਾ ਪਰ ਇਸ 20 ਰੁਪਏ ਰਾਸ਼ਨ ਛਕਾਉਣ ਦੇ ਬਦਲੇ ਪਰਮ ਪਿਤਾ ਪ੍ਰਮਾਤਮਾ ਦੀ ਉਹ ਰੂਹ ਜਿਹੜੀ ਸੀ ਨਿਰੰਕਾਰ ਰੂਹ ਜੋਤ ਰੂਪ ਹਰ ਨਾਨਕ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹ ਗੁਰੂ ਨਾਨਕ ਨਿਰੰਕਾਰੀ ਜੋਤ ਰੂਪ ਸੀ ਨਾ ਉਸਨੇ ਆਪਣੇ ਪਿਤਾ ਦੇ ਕੋਲੋਂ 20 ਰੁਪਈਆਂ ਦੇ ਪਿੱਛੇ ਚਪੇੜਾਂ ਖਾਦੀਆਂ ਚਪੇੜਾਂ ਖਾਦੀਆਂ ਤੇ ਪਿਤਾ ਨੂੰ ਵੀ ਉਸ ਗੱਲ ਦਾ ਨਹੀਂ ਪਤਾ ਸੀ ਅੱਜ ਸੰਸਾਰ ਦੇ ਲੋਕਾਂ ਨੂੰ ਵੀ ਇਹੀ ਗੱਲ ਦਾ ਪਤਾ ਨਹੀਂ ਲੰਗਰ ਲਾਈ ਜਾਂਦੇ ਆ ਪਤਾ ਸੀ ਤੇ ਬੇਬੇ ਨਾਨਕੀ ਨੂੰ ਪਤਾ ਸੀ ਪਤਾ ਸੀ ਤਾਂ ਰਾਏ ਬੁਲਾਰ ਨੂੰ ਪਤਾ ਸੀ ਕਿ ਇਹ ਨਿਰੰਕਾਰ ਰੂਪ ਹੈ ਪਰ ਪਿਓ ਨੇ ਵੀ ਨਹੀਂ ਜਾਣਿਆ ਤਲਵੰਡੀ ਦੇ ਲੋਕਾਂ ਨੇ ਵੀ ਨਹੀਂ ਜਾਣਿਆ ਕੁਝ ਲੋਕਾਂ ਤੋਂ ਛੱਡ ਕੇ ਪੰਦਾ ਵੈਦ ਇਸ ਕੁਝ ਲੋਕਾਂ ਤੋਂ ਛੱਡ ਕੇ ਸਾਰੇ ਸੰਤੱਪੇ ਦੇ ਲੋਕ ਜਿਹੜੇ ਸੀ ਸਾਰੇ ਇੱਕ ਤਲਵੰਡੀ ਦੇ ਲੋਕ ਸੀ ਗੁਰੂ ਨਾਨਕ ਦੇਵ ਜੀ ਨੂੰ ਕੁਰਾਈਆ ਕਹਿੰਦੇ ਸੀ ਔਰ ਅੱਜ ਵੀ ਇਹ ਲੰਗਰ ਜਿਹੜੇ ਲੱਗ ਰਹੇ ਆ ਲੰਗਰ ਮਨ ਮਰਜੀ ਦੇ ਲੱਗ ਰਹੇ ਆ ਲੰਗਰ ਅਸੀਂ ਬਹੁਤ ਵੱਡਾ ਲੰਗਰ ਲਾਦਤਾ ਜੀ ਅਸੀਂ ਅਸੀਂ ਲੱਖ ਰੁਪਏ ਲੱਖ ਬੰਦੇ ਨੂੰ ਅੰਮ੍ਰਿਤ ਲੰਗਰ ਛਕਾ ਦਤਾ ਜੀ ਅਸੀਂ ਅਸੀਂ ਉਹ ਕਰ ਦਿੱਤਾ ਜੀ ਅਸੀਂ ਉਹ ਕਰ ਦਿੱਤਾ ਜੀ ਅਸੀਂ ਅੱਜ ਕੱਲ ਪਤਾ ਕੀ ਲੰਗਰ ਵੀ ਸਵਾਦ ਨਾਲ ਬਣਾਉਂਦੇ ਐ ਉਹ ਲੰਗਰ ਜੇ ਕਹਦੇ ਨਾ ਦਾਲ ਰੋਟੀ ਐ ਤੇ ਦਾਲ ਰੋਟੀ ਨਹੀਂ ਪਸੰਦ ਸਾਡੇ ਕੀ ਐ ਪਨੀਰ ਬਣਾਓ ਜੀ ਇਹ ਇਹ ਹਉਮੇ ਦਾ ਹੰਕਾਰ ਦਾ ਲੰਗਰ ਜਿਹੜਾ ਹੈ ਲੋਕਾਂ ਨੂੰ ਖੋਹਉਂਦੇ ਆ ਫਿਰ ਇਕੱਠਾ ਕਰ ਕਰਕੇ ਇਹਦੇ ਵਿੱਚ ਹੰਕਾਰ ਆ ਸਾਰਾ ਸੰਸਾਰ ਹਉਮੇ ਦੇ ਵਿੱਚ ਭੱਜਿਆ ਫਿਰਦਾ ਐ ਉਮੀਦ ਵਿੱਚ ਮੈਂ 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 ਕਿਸੇ ਪਾਸੇ ਲੈ ਲਓ ਧਰਮ ਵਾਲੇ ਪਾਸੇ ਲੈ ਲਓ ਰਾਜਨੀਤੀ ਵਾਲੇ ਪਾਸੇ ਲੈ ਲਓ ਕਿਰਤ ਵਾਲੇ ਪਾਸੇ ਲੈ ਲਓ ਹਰ ਪਾਸੇ ਧਰਮ ਧਰਮ ਤਾਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਸ਼ਰਮ ਧਰਮ ਦੋਇ ਛੱਪ ਖਲੋਤੇ ਕੂੜ ਫਿਰੈ ਪ੍ਰਧਾਨਵੇ ਲਾਗ ਲੋ ਤੇ ਅੱਜ ਉਸ ਤੋਂ ਵੀ ਜ਼ਿਆਦਾ ਇਹ ਹਾਲਾਤ ਹੈ ਕਿ ਨਾ ਤਾਂ ਸ਼ਰਮ ਹੈ ਸਾਡੇ ਸਮਾਜ ਦੇ ਵਿੱਚ ਸੰਸਾਰ ਦੇ ਲੋਕਾਂ ਦੇ ਵਿੱਚ ਔਰ ਨਾ ਹੀ ਧਰਮ ਹੈ ਸੰਸਾਰ ਦੇ ਲੋਕਾਂ ਦੇ ਵਿੱਚ ਜੋ ਧਰਮ ਕਹਿੰਦੇ ਆ ਕਿ ਅਸੀਂ ਧਰਮ ਕਰ ਰਹੇ ਆ ਜੋ ਅਸੀਂ ਬਿਲਡਿੰਗਾਂ ਬਣਾ ਰਹੇ ਆ ਹਉਮੇ ਦੀਆਂ ਬਿਲਡਿੰਗਾਂ ਬਣਾ ਰਹੇ ਆ ਜਾਤਾਂ ਪਾਤਾਂ ਦੀਆਂ ਬਿਲਡਿੰਗਾਂ ਬਣਾ ਰਹੇ ਆ ਜਾਤਾਂ ਪਾਤਾਂ ਦੇ ਲੰਗਰ ਲਾ ਰਹੇ ਆ ਜਾਤਾਂ ਪਾਤਾਂ ਦੀਆਂ ਸ਼ਵੀਲਾਂ ਲਾ ਰਹੇ ਆ ਜਾਤਾਂ ਪਾਤਾਂ ਦੇ ਵਿਚਾਰ ਹੋ ਰਹੇ ਆ ਜਾਤਾਂ ਪਾਤਾਂ ਦੇ ਸਮਾਗਮ ਹੋ ਰਹੇ ਆ ਅਲੱਗ-ਅਲੱਗ ਕੋਈ ਜਾਤ ਆਪਣੇ ਆਸਥਾਨ ਤੇ ਸਮਾਗਮ ਕਰ ਰਹੀ ਹੈ ਦੂਜੀ ਜਾਤ ਆਪਣੇ ਸਵਾਤ ਇੱਕ ਮੰਦਿਰ ਦੇ ਵਿੱਚ ਇੱਕ ਆਏਗਾ ਪਿੰਡ ਦੇ ਵਿੱਚ ਪੰਜ-ਪੰਜ ਸਥਾਨ ਬਣੇ ਹੋਏ ਆ ਪਰਮਾਤਮਾ ਦੇ ਪਰ ਕਿਸੇ ਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਨਹੀਂ ਹੈ ਸਭ ਹਉਮੈ ਦੇ ਚੱਕਰ ਦੇ ਵਿੱਚ ਫਿਰਦੇ ਤੁਰੇ ਫਿਰਦੇ ਮੈਂ ਫਿਰਦੇ ਹਰ ਕਿਸੇ ਨੇ ਆਪੋ ਆਪਣੇ ਸਥਾਨ ਬਣਾ ਰੱਖੇ ਹਰ ਕਿਸੇ ਨੇ ਆਪਣੇ ਆਪਣੇ ਗੁਰਦੁਆਰੇ ਬਣਾ ਰੱਖੇ ਆ ਪਰਮਾਤਮਾ ਨੂੰ ਕੋਈ ਨਹੀਂ ਮੰਨਦਾ ਪਰਮਾਤਮਾ ਨੂੰ ਕੋਈ ਨਹੀਂ ਜਾਣਦਾ ਨਾ ਪਰਮਾਤਮਾ ਨੂੰ ਲੱਭਣ ਦੀ ਇੱਕ ਵਾਰੀ ਮੈਂ ਸਤਸੰਗ ਕਰ ਰਿਹਾ ਸੀ ਤੇ ਮੈਂ ਕਿਹਾ ਭਾਈ ਗੁਰਮੁਖ ਪਿਆਰਿਓ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰੋਗੇ ਨਾ ਤੇ ਪ੍ਰਮਾਤਮਾ ਤੁਹਾਨੂੰ ਪ੍ਰਾਪਤ ਹੋ ਜਾਏਗਾ ਤੁਹਾਨੂੰ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਸੁੱਖ ਪ੍ਰਾਪਤ ਹੋ ਜਾਏਗਾ ਜੇ ਤੁਸੀਂ ਧਨ ਇਕੱਠਾ ਕਰੋਗੇ ਤੇ ਭਾਈ ਨਰਕੇ ਭੋਗੋਗੇ ਹੋਰ ਕੁਝ ਨਹੀਂ ਮਿਲਣਾਗਾ ਦੁੱਖ ਭੋਗੋਗੇ ਸੁੱਖ ਨਹੀਂ ਮਿਲੇਗਾ ਤੇ ਮੈਨੂੰ ਕੁਝ ਲੋਕ ਕਹਿੰਦੇ ਯਾਰ ਬਾਬਾ ਜੀ ਸਾਨੂੰ ਸੁੱਖ ਧਨ ਹੀ ਚੰਗਾ ਹੈ ਸਾਨੂੰ ਧਨ ਮਿਲਦਾ ਰਹੇ ਸਾਡੀਆਂ ਐਸ਼ਾਂ ਪੂਰੀਆਂ ਹੁੰਦੀਆਂ ਰਹਿਣ ਸਾਨੂੰ ਸੁੱਖ ਹੀ ਸੁੱਖ ਹੈ ਅਸੀਂ ਪ੍ਰਮਾਤਮਾ ਤੋਂ ਕੀ ਲੈਣਾ ਕੀ ਲੈਣਾ ਅਸੀਂ ਪ੍ਰਮਾਤਮਾ ਤੋਂ ਐਸਾ ਤਾਂ ਧਰਮ ਹੈ ਲੋਕਾਂ ਦਾ ਭਾਈ ਤੋਂ ਗੁਰਮੁਖ ਪਿਆਰਿਓ ਇਸ ਸੰਸਾਰ ਦੇ ਵਿੱਚ ਅੱਜ ਜਿੱਥੇ ਵੀ ਕਿਤੇ ਜੇ ਤੁਸੀਂ ਕਹੋ ਤੇ ਧਰਮ ਹੋ ਰਿਹਾ ਧਰਮ ਨਹੀਂ ਹੋ ਰਿਹਾ ਅ ਧਰਮ ਹੋ ਰਿਹਾ ਹਰ ਥਾਂ ਦੇ ਉੱਤੇ ਅ ਧਰਮ ਹੋ ਰਿਹਾ ਇਸ ਦੁਨੀਆ ਦਾ ਚਸ਼ਮਾ ਜਿਹੜਾ ਹੈ ਉਲਟਾ ਹੋ ਗਿਆ ਦੁਸ਼ਮਾ ਅ ਧਰਮ ਨੂੰ ਧਰਮ ਮੰਨੇ ਜਾਂਦੇ ਆ ਪਾਪ ਕਰਮ ਨੂੰ ਪੁੰਨ ਕਰਮ ਮੰਨੇ ਜਾਂਦੇ ਆ ਔਰ ਪਾਪ ਕਰਮ ਕਰਦੇ 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 ਇਹ ਨਾਲੇ ਦੁੱਖ ਭੋਗੀ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਆ ਨਾ ਪਲ ਚ ਪਲ ਚ ਸਗਲੀ ਮੂਈ ਇਹ ਸਾਰੇ ਸੰਸਾਰ ਦੇ ਲੋਕ ਨਾਲੇ ਖਾਈ ਜਾਂਦੇ ਆ ਨਾਲੇ ਪਲਚੀ ਜਾਂਦੇ ਆ ਨਾਲੇ ਦੁੱਖ ਭਰੀ ਜਾਂਦੇ ਆ ਨਾਲੇ ਇਹ ਖਾਈ ਜਾਂਦੇ ਆ ਪਾਪ ਕਰੀ ਜਾਂਦੇ ਆ ਇਸ ਤੋਂ ਇਲਾਵਾ ਇਹਨਾਂ ਕੋਲੇ ਕੁਝ ਨਹੀਂ ਹੈ ਇਹਨਾਂ ਨੂੰ ਗਿਆਨ ਹੀ ਨਹੀਂ ਹੈ ਇਹਨਾਂ ਨੂੰ ਗੁਰੂ ਦੀ ਮਤ ਦਾ ਹੀ ਨਹੀਂ ਪਤਾ ਗੁਰੂ ਦੀ ਮਤ ਜਿਹੜੀ ਹੈ ਜੋ ਵਿਵੇਕ ਬੋਧ ਹੋਣੀ ਚਾਹੀਦੀ ਹੈ ਗੁਰਮੁਖ ਪਿਆਰਿਆਂ ਕੋਲੇ ਕਿਉਂ ਕਿਉਂਕਿ ਅਸੀਂ ਗੁਰੂ ਦਾ ਵਿਚਾਰ ਹੀ ਨਹੀਂ ਸਿੱਖਿਆ ਅਸੀਂ ਗੁਰੂ ਦੇ ਘਰ ਹੀ ਨਹੀਂ ਗਏ ਅਸੀਂ ਗੁਰੂ ਦੀ ਸ਼ਰਨ ਹੀ ਨਹੀਂ ਹੋਏ ਅਸੀਂ ਗੁਰੂ ਨੂੰ ਵਿਸ਼ਵਾਸ ਹੀ ਨਹੀਂ ਕੀਤਾ ਅਸੀਂ ਗੁਰੂ ਤੋਂ ਬੇਪਰੋਸਗੀ ਰੱਖੀ ਹੈ ਹਮੇਸ਼ਾ ਹੀ ਆਪਣੀ ਮਰਜ਼ੀ ਦਾ ਕੰਮ ਕੀਤਾ ਮਨਮੁਖਾਂ ਵਾਲੇ ਕੰਮ ਕੀਤੇ ਅਸੀਂ ਗੁਰੂ ਸਾਹਿਬ ਦੀ ਗੱਲ ਤਾਂ ਅਸੀਂ ਮੰਨੀ ਕਦੇ ਨਹੀਂ ਤੁਹਾਡਾ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਇਹ ਸੰਸਾਰ ਦੇ ਲੋਕ ਜਿਹੜੇ ਹਰ ਕਰਮ ਦੇ ਵਿੱਚ ਹਰ ਥਾਂ ਦੇ ਉੱਤੇ ਹਰ ਪੈਰ ਪੈਰ ਦੇ ਉੱਤੇ ਜਿਹੜਾ ਹੈ ਇਹ ਦੁੱਖ ਭੋਗ ਰਹੇ ਆ ਔਰ ਦੁੱਖ ਕਿਉਂ ਭੋਗ ਰਹੇ ਆ ਕਿਉਂਕਿ ਇਹਨਾਂ ਨੇ ਮਨ ਮੁਕਤਾ ਹੀ ਕੀਤੀ ਹੋਈ ਆ ਗੁਰਮੁਕਤਾ ਨਹੀਂ ਕੀਤੀ ਗੁਰੂ ਦੀ ਮਤ ਨੂੰ ਨਹੀਂ ਮੰਨਿਆ ਗੁਰੂ ਦੀ ਮਤ ਨੂੰ ਮੰਨਿਆ ਹੁੰਦਾ ਗੁਰ ਸਿੱਖੀ ਸਿੱਖਿਆ ਗੁਰ ਵਿਚਾਰ ਅੱਜ ਕੱਲ ਸਾਡੇ ਗੁਰ ਸਿੱਖ ਵੀ ਜਿਹੜੇ ਹੈ ਉਹ ਪਤਾ ਕੀ ਚੁੰਦੇ ਆ ਜਿਵੇਂ ਬ੍ਰਾਹਮਣ ਪਹਿਲਾਂ ਅਮ ਲੱਸੀ ਚੜਾਤੀ ਜਲ ਚੜਾਤਾ ਜਾਂ ਮਤਲਬ ਹੋਰ ਮਤਲਬ ਇਸ ਤਰ੍ਹਾਂ ਦੇ ਜਦੋਂ ਚੜਾਉਂਦੇ ਹੁੰਦੇ ਸੀ ਨਾ ਤੇ ਇਵੇਂ ਜਿਕਰ ਅਜਕੱਲ ਸਾਡੇ ਲੋਕ ਵੀ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਲਿਆ ਕੇ ਰੁਮਾਲੇ ਬਹੁਤ ਕੀਮਤੀ ਚੜਾ ਦਿੰਦੇ ਆ ਭੇਟਾ ਬਹੁਤ ਕੀਮਤੀ ਚਰਨਾ 'ਚ ਰੱਖ ਦਿੰਦੇ ਆ ਪਰ ਉਹਨਾਂ ਕੋਲੇ ਗੁਰੂ ਦੀ ਗੱਲ ਸੁਣਨ ਦਾ ਟਾਈਮ ਨਹੀਂ ਹੈ ਗੁਰੂ ਦੀ ਮਤ ਸੁਣਨ ਦਾ ਟਾਈਮ ਨਹੀਂ ਹੈ ਗੁਰੂ ਕੀ ਕਹਿ ਰਿਹਾ ਸਾਨੂੰ ਨਹੀਂ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਾਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੇਲੇ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੇਲੇ ਇਸ ਤਰ੍ਹਾਂ ਦੀਆਂ ਵਿਚਾਰਾਂ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਪਰ ਅਸੀਂ ਕੀ ਕਰਦੇ ਆ ਗੁਰੂ ਨੂੰ ਗੁਰੂ ਮੰਨ ਕੇ ਰਾਜੇ ਨਹੀਂ ਆ ਗੁਰੂ ਨੂੰ ਤਾਂ ਅਸੀਂ ਆਪਣਾ ਚਾਕਰ ਕਹਿੰਨੇ ਆ ਗੁਰੂ ਨੂੰ ਤਾਂ ਅਸੀਂ ਇਹ ਕਹਿੰਨੇ ਆ ਕਿ ਅਸੀਂ ਤਾਂ ਨਰਮਾਲੇ ਭੇਟ ਕਰ ਦਿੱਤੇ ਤੈਨੂੰ ਭੇਟਾ ਦੇ ਦਿੱਤੀ ਹੈ ਤੈਨੂੰ ਪੈਸੇ ਦੇ ਦਿੱਤੇ ਹੈ ਤੈਨੂੰ ਪਦਾਰਥ ਭੇਟ ਕਰਤੇ ਤੂੰ ਸਾਡਾ ਫਲਾਨਾ ਕਾਰਜ ਕਰ ਦੇ ਜੇ ਨਹੀਂ ਕੀਤਾ ਤਾਂ ਫਿਰ ਲਾ ਕਾਦਾ ਗੁਰੂ ਆ ਯਾਰ ਕੀ ਐ ਕੀ ਐ ਸਾਡਾ ਤਾਂ ਕੰਮ ਹੀ ਨਹੀਂ ਹੋਇਆਗਾ ਅਸੀਂ ਇੰਨਾ ਕੁਛ ਇੰਨਾ ਅਖੰਡ ਪਾਠ ਕਰਾਇਆ ਸੀ ਅਸੀਂ ਇੰਨੇ ਅਖੰਡ ਪਾਠ ਕਰਾਏ ਸੀ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਮੈਂ ਇਹ ਕਹਿਣਾ ਭਾਈ ਇਸ ਹੰਕਾਰ ਤੋਂ ਬਚੋ ਹਉਮੈ ਨਾ ਵੈ ਨਾਲ ਵਿਰੋਧ ਹੈ ਜਦੋਂ ਤੁਸੀਂ ਹਉਮੈ ਕਰੋਗੇ ਉਦੋਂ ਪ੍ਰਮਾਤਮਾ ਤੁਹਾਡੇ ਹਿਰਦੇ ਦੇ ਵਿੱਚ ਨਹੀਂ ਆਏਗਾ ਉਦੋਂ ਪ੍ਰਮਾਤਮਾ ਦਾ ਨਾਮ ਤੁਹਾਡੇ ਹਿਰਦੇ 'ਚ ਨਹੀਂ ਆਉ ਭਾਵੇਂ ਲੱਖ ਵੈਗਰੂ ਵੈਗਰੂ ਕਹੀ ਜਾ ਜਿੰਨਾ ਮਰਜੀ ਤੋਤਾ ਰੱਟ ਲਾ ਕੇ ਵੈਗਰੂ ਵੈਗਰੂ ਕਹੀ ਜਾਓ ਜਿੰਨਾ ਚਿਰ ਸੁਰਤੀ ਦੇ ਨਾਲ ਮਨ ਦੀ ਖੁਸ਼ੀ ਦੇ ਨਾਲ ਮਨ ਦੀ ਸਮਰਪਣ ਭਾਵਨਾ ਦੇ ਨਾਲ ਤੁਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਗੁਰਮਤ ਨੂੰ ਪ੍ਰਮਾਤਮਾ ਦੀ ਮਤ ਨੂੰ ਧਾਰਨ ਨਹੀਂ ਕਰੋਗੇ ਆਪਣੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਗਾਵੀਐ ਸੋਈਐ ਮਨ ਰੱਖੀਆ ਪਾਓ ਜਿਨਾਂ ਜਿਹੜਾ ਅਸੀਂ ਗਾਵਿਆ ਸੁਣਿਆ ਤੇ ਜੇ ਮਨ ਪਿਆਰ ਨਹੀਂ ਰੱਖਿਆ ਤੇ ਉਹ ਗਾਇਆ ਸੁਣਿਆ ਬੇਕਾਰ ਹੈ ਗੁਰੂ ਸਾਹਿਬ ਕਹਿੰਦੇ ਭਾਈ ਪਰ ਗੁਰੂ ਸਾਹਿਬ ਕਹਿੰਦੇ ਹੈ ਗਾ ਵੀਆ ਸੁਣੀਆ ਮਨ ਰੱਖੀਆ ਪਾਓ ਮਨ ਤੇ ਪਿਆਰ ਰੱਖੋ ਤੇ ਫਿਰ ਗੁਰੂ ਦੀ ਪਰਮਪੀਤਾ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੁੰਦੀ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਮੰਨਿਆ ਸੁਣਿਆ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਜਦੋਂ ਅਸੀਂ ਸੁਣਿਆ ਉਸ ਨੂੰ ਮੰਨ ਲਿਆ ਆਪਣੇ ਹਿਰਦੇ ਦੇ ਵਿੱਚ ਮੰਨ ਲਿਆ ਤੇ ਫਿਰ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੈ ਪ੍ਰਮਾਤਮਾ ਦੀ ਖੁਸ਼ੀ ਹੈ ਮਨ ਦੇ ਵਿੱਚ ਪਿਆਰ ਰੱਖਿਆ ਤੇ ਗੁਰੂ ਸਾਹਿਬ ਕਹਿੰਦੇ ਆ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਸਾਡੇ ਕੋਲੇ ਕੋਈ ਗੁਣ ਨਹੀਂ ਹੈ ਸੱਚੇ ਪਾਤਸ਼ਾਹ ਸਾਰੇ ਗੁਣ ਤੇਰੇ ਹੀ ਹੈ ਪਰ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਿਆ ਸੁਣਿਆ ਮੰਨਿਆ ਔਰ ਪਿਆਰ ਰੱਖਿਆ ਤੇ ਉਦੋਂ ਤੂੰ ਇਹ ਗੁਣ ਸੇ ਜਿਹੜੇ ਆ ਸਾਰੇ ਸਾਨੂੰ ਬਖਸ਼ ਦਿੱਤੇ ਉਦੋਂ ਸਾਰੇ ਪੰਜੇ ਦੇ ਪੰਜੇ ਗੁਣ ਜਿਹੜੇ ਹੈ ਪੰਜ ਗੁਣਾਂ ਦੇ ਵਿੱਚ ਹੀ ਸਾਰੇ ਗੁਣਾਂ ਦੀ ਪ੍ਰਾਪਤੀ ਹੈ ਪ੍ਰਮਾਤਮਾ ਦੇ ਸਵਸਤ ਆਤ ਬਾਣੀ ਪਰਮਾਉ ਸਤ ਸੁਹਾਣ ਸਦਾ ਮਨ ਚਾਓ ਇਹ ਪੰਜ ਗੁਣ ਹੈ ਪਰਮਾਤਮਾ ਦੇ ਜਿਹਨੂੰ ਅਸੀਂ ਧਰਮ ਦਇਆ ਸੰਤੋਖ ਸੱਚ ਔਰ ਤੀਰਜ ਕਹਿ ਕੇ ਵੀ ਜਾਣਦੇ ਇਹ ਦੋਨੋਂ ਬਰਾਬਰ ਹੀ ਹੈ ਔਰ ਜਦੋਂ ਧਰਮ ਦਇਆ ਸੰਤੋਖ ਸੱਚ ਔਰ ਤੀਰੇ ਸਾਡੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਸਿਮਰਨ ਦੇ ਸਦਕਾ ਸਾਡੇ ਹਿਰਦੇ ਚ ਵਸ ਜਾਂਦਾ ਉਦੋਂ ਉਹ ਅੰਮ੍ਰਿਤ ਨਾਮ ਵਸਿਆ ਹੋਇਆ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾਡੇ ਸਰੀਰ ਦੇ ਵਿੱਚੋਂ ਭਜਾ ਕੇ ਸਾਡੇ ਮਨ ਦੇ ਵਿੱਚੋਂ ਭਜਾ ਕੇ ਉਦੋਂ ਦੋਸ਼ਟਾਂ ਦਾ ਨਾਸ ਕਰ ਦਿੰਦਾ ਹੈ ਔਰ ਉਥੇ ਉਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਥਾਂ ਦੇ ਉੱਤੇ ਧਰਮ ਦਇਆ ਸੰਤੋਖ ਸੱਚ ਔਰ ਧੀਰੇ ਸਾਡੇ ਹਿਰਦੇ ਦੇ ਵਿੱਚ ਵਸ ਜਾਮਾਨ ਹੋਣ ਲੱਗ ਜਾਂਦੇ ਆ ਅਸੀਂ ਗੁਰੂ ਮੁਖ ਪਿਆਰੇ ਹੋ ਜਾਂਦੇ ਆ ਅਸੀਂ ਗੁਰੂ ਦੀ ਸ਼ਰਨ ਹੋ ਕੇ ਗੁਰੂ ਨਾਲ ਪਿਆਰ ਕਰਦੇ ਆ ਔਰ ਇਹੀ ਸਿਮਰਨ ਭਾਈ ਇਹੀ ਨਾਮ ਜਿਹੜਾ ਇਹੀ ਸਮਰਪਤਾ ਭਾਈ ਇਹੀ ਭਾਵਨਾ ਇਹੀ ਪਿਆਰ ਜਿਹੜਾ ਗੁਰੂ ਗੁਰੰਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਦੋਂ ਅਸੀਂ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਸਾਨੂੰ ਉਹ ਪਰਮ ਪਿਤਾ ਪਰਮਾਤਮਾ ਨਾਲ ਮਨਾ ਲੈਂਦਾ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨੁ ਪ੍ਰਗਾਸ ਹੈ ਕੋਈ ਐਸੇ ਗੁਰਮੁਖ ਪਿਆਰੇ ਰੂਹ ਸਾਨੂੰ ਪਰਮਾਤਮਾ ਦੇ ਨਾਲ ਜੋੜ ਕੇ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਦੇ ਵਿੱਚ ਬਿਠਾ ਕੇ ਪਰਮਾਤਮਾ ਨਾਲ ਜੋੜ ਦਿੰਦੀ ਹੈ ਤੇ ਇਸ ਤਰ੍ਹਾਂ ਨਾਲ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਂਦਾ ਔਰ ਅਸੀਂ ਹਉਮੈ ਹੰਕਾਰ ਤੋਂ ਬਚ ਕੇ ਪਰਮਾਤਮਾ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਪਰਮਾਤਮਾ ਦੇ ਸੁਖ ਆਨੰਦ ਦੀ ਪ੍ਰਾਪਤੀ ਕਰਦੇ ਤੁਹ ਸਤਸੰਗ ਜੀ ਇਹ ਨਹੀਂ ਵਿਚਾਰਾ ਕਰਦਾ ਹੋਇਆ 10 ਸ਼ਮਨ ਦੇ ਜਾਲ ਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ